ਆਖਦੇ ਨੇ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿਸ ਨੂੰ ਆ ਜਾਵੇ। ਕੁਝ ਅਜਿਹਾ ਹੀ ਇਸ ਵੀਡੀਓ 'ਚ ਵਿਖਾਈ ਦਿੱਤਾ, ਜਿਸ 'ਚ ਸੰਦੀਪ ਸਿੰਘ ਨਾਂ ਦੇ ਇਸ ਨੌਜਵਾਨ ਦੀ ਮੌਤ ਕਸਰਤ ਕਰਦੇ ਹੋਏ ਹੋਈ ਹੈ। ਸੰਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦਾ ਰਹਿਣ ਵਾਲਾ ਸੀ ਅਤੇ ਫੌਜ 'ਚ ਭਰਤੀ ਹੋਣ ਲਈ ਰੋਜ਼ਾਨਾ ਮੈਦਾਨ 'ਚ ਜਾ ਕੇ ਸਰੀਰਕ ਮਿਹਨਤ ਕਰਦਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰੋਜ਼ਾਨਾ ਦੀ ਤਰ੍ਹਾਂ ਸੰਦੀਪ ਕਸਰਤ ਕਰਨ ਲਈ ਗਰਾਊਂਡ 'ਚ ਗਿਆ ਸੀ। ਇਸ ਦੌਰਾਨ ਉਹ ਇੱਕ ਪੋਲ 'ਤੇ ਉਲਟਬਾਜ਼ੀ ਕਰ ਰਿਹਾ ਸੀ ਕਿ ਸਿਰ ਦੇ ਭਾਰ ਹੇਠਾਂ ਸੰਦੀਪ ਡਿੱਗਦਾ ਅਤੇ ਕੁਲੈਣੀ ਮੌਤ ਉਸਨੂੰ ਗਲੇ ਲਗਾ ਲੈਂਦੀ ਹੈ। ਤੁਸੀਂ ਖੁਦ ਹੀ ਦੇਖੋ ਕਿ ਕਿਵੇਂ ਇੱਕ ਹੋਣਹਾਰ ਨੌਜਵਾਨ ਨਿੱਕੀ ਜਿਹੀ ਅਣਗਹਿਲੀ ਕਾਰਨ ਆਪਣੀ ਜਾਨ ਤੋਂ ਹੱਥ ਧੋ ਬਹਿੰਦਾ। ਸੰਦੀਪ ਫੌਜ 'ਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਸੀ ਅਤੇ ਸਰੀਰਕ ਮਿਹਨਤ ਲਗਾਉਂਦਾ ਸੀ। ਇਸ ਦੌਰਾਨ ਉਹ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਬਣਾ ਕੇ ਪਾਉਣ ਦਾ ਸ਼ੌਂਕ ਵੀ ਰੱਖਦਾ ਸੀ। ਜਦੋਂ ਉਸਨੂੰ ਅਣਕਿਆਸੀ ਮੌਤ ਨੇ ਸਹੇੜਿਆ ਤਾਂ ਉਸ ਵੇਲੇ ਸੰਦੀਪ ਵੀਡੀਓ ਹੀ ਬਣਾ ਰਿਹਾ ਸੀ। ਸੰਦੀਪ ਦੇ ਭਰਾ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਸੰਦੀਪ ਲਗਾਤਾਰ 3 ਵਰ੍ਹਿਆਂ ਤੋਂ ਫੌਜ 'ਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਸੀ। ਅਚਾਨਕ ਇਹ ਭਾਣਾ ਵਾਪਰਿਆ ਅਤੇ ਸੰਦੀਪ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਮੌਤ ਨੇ ਉਸ ਨੂੰ ਆਪਣੇ ਕਲਾ ਵਿੱਚ ਲੈ ਲਿਆ। ਇਹ ਜੋ ਬੱਚਾ ਆਪਣੇ ਪਰਿਵਾਰ ਲਈ ਕੁਛ ਕਰਨਾ ਚਾਹੁੰਦਾ ਸੀ, ਫੌਜ 'ਚ ਭਰਤੀ ਹੋਣਾ ਸੀ ਉਹਨੇ, ਉਹ ਆਪਣੇ ਡੇਲੀ ਜਾਂਦਾ ਸੀਗਾ 2-3 ਟਾਈਮ ਅਤੇ ਉੱਥੇ ਡੰਡ ਲਾਉਂਦਾ ਸੀ। ਉਹ ਜਿਹੜਾ ਉੱਥੇ ਕੋਈ ਪੋਲ ਆ, ਉਹ ਪੋਲ ਤੋਂ ਕਿਤੇ ਉਹਨੇ ਜਦੋਂ ਪੁੱਠੀ ਸਾਲ ਲਾਈ ਬਾਂਹ ਦੇ ਵਿੱਚ ਦੀ, ਉਹ ਪੋਲ ਪਲਟੀ ਖਾ ਗਿਆ। ਉਹ ਪਲਟੀ ਖਾ ਕੇ ਪਹਿਲਾਂ ਉਹ ਸਿਰ ਥੱਲੇ ਵੱਜਿਆ, ਵੱਧ ਵਿੱਚ ਆ ਗਿਆ, ਸਿਰ ਦੇ ਵਿੱਚ ਉਹ ਪੈ ਵੱਜਿਆ। ਲੇਕਿਨ ਇਹ ਬਹੁਤ ਦੁਰਘਟਨਾ ਮਾੜੀ ਹੋਈ ਆ ਪਰਿਵਾਰ ਦੇ ਨਾਲ। ਕਿਰਤੀ ਪਰਿਵਾਰ ਆ ਇਹ, ਪੂਰਾ ਕਿਰਤੀ ਸੰਬੰਧਿਤ, ਆਪਣੇ ਨਾਲ ਕੋਈ ਇਹ ਨਹੀਂ ਹੈਗੀ। ਅਤੇ ਮਤਲਬ ਵੀ ਜਿਹੜਾ ਅਸੀਂ ਇਹੀ ਗੱਲ ਕਹਿੰਦੇ ਹਾਂ, ਇਹ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਇੱਥੇ ਪੰਚਾਇਤ ਨੂੰ ਵੀ ਜਿਹੜੇ ਉਹ ਪੋਲ ਆ ਉਹ ਕਿਸੇ ਵੀ ਤਰੀਕੇ ਨਾਲ ਉਹ ਥੱਲੇ ਗੱਡੇ ਜਾਣ ਤਾਂ ਕਿ ਅੱਗੇ ਵਾਸਤੇ ਕਿਸੇ ਦਾ ਹੋਰ ਕੋਈ ਇਹ ਦੁਰਘਟਨਾ ਨਾ ਵਾਪਰੇ। ਇਹ ਜੀ ਹੋਸਪਿਟਲ ਜਾ ਗਿਆ ਸੀਗਾ। ਹਾਂਜੀ, ਇਹ ਹੋਸਪਿਟਲ ਜਾ ਗਿਆ ਸੀਗਾ, ਉੱਥੇ ਜਾ ਕੇ ਇਹਨਾਂ ਦੀ ਮੌਤ ਹੋਈ ਆ। ਉਹ ਜੀ ਮੇਰਾ ਛੋਟਾ ਭਾਈ ਸੀ ਜੀ, ਉਹ ਜੀ 2-3 ਸਾਲਾਂ ਤੋਂ ਜਾ ਰਿਹਾ ਸੀ ਜੀ ਗਰਾਊਂਡ 'ਚ, ਮਿਹਨਤ ਕਰਦਾ ਸੀ ਜੀ, ਭਰਤੀ ਦੇਖਣ ਦਾ ਮਾਰਾ ਜਾ ਰਿਹਾ ਸੀ ਜੀ। ਠੀਕ ਹੈ ਜੀ। ਕਹਿੰਦੇ ਜੀ ਫੌਜ 'ਚ ਭਰਤੀ ਹੋਣਾ ਜੀ। ਹਾਂਜੀ ਹਾਂਜੀ, ਅਤੇ ਮਿਹਨਤ ਕਰਦਾ ਸੀ ਵਧੀਆ ਜੀ, 3 ਟਾਈਮ ਜਾਂਦਾ ਸੀ, ਸੁਬਾਹ ਸ਼ਾਮ ਦੁਪਹਿਰ 3 ਟਾਈਮ ਮਿਹਨਤ ਕਰਦਾ ਸੀ ਜੀ। ਠੀਕ ਹੈ ਜੀ। ਬਸ ਕੱਲ੍ਹ ਐਸੀ ਘਟਨਾ ਵਾਪਰੀ ਜੀ, ਡੰਡ ਲਾ ਰਿਹਾ ਸੀ ਜੀ ਹਾਂਜੀ ਪੋਲ 'ਤੇ, ਅਤੇ ਪੋਲ ਮੂਹਰੋਂ ਜੀ ਪਿੱਛੋਂ ਚੱਕਿਆ ਗਿਆ ਜੀ। ਠੀਕ ਹੈ ਜੀ। ਮੂਹਰ ਨੂੰ ਅੜ ਗਿਆ ਜੀ, ਪਹਿਲਾਂ ਤਾਂ ਆਪ ਡਿੱਗ ਗਿਆ ਜੀ, ਉੱਪਰੀ ਉਹਦੇ ਸਿਰ 'ਚ ਇੱਕ ਪੋਲ ਵੱਜਿਆ ਜੀ। ਠੀਕ ਹੈ। ਉਹਦੇ ਨਾਲ ਗਹਿਰੀ ਸੱਟ ਲੱਗੀ ਜੀ, ਡੂੰਘੀ ਸੱਟ ਲੱਗੀ ਜੀ। ਠੀਕ ਹੈ ਜੀ। ਲਹੂ ਬਹੁਤ ਟੁੱਲਿਆ ਜੀ, ਦੇਖਣ ਵਾਲਾ ਹੈ ਨਹੀਂ ਸੀ ਜੀ, ਬਹੁਤ ਬੁਰੀ ਹਾਲਤ ਸੀ ਜੀ। ਸੰਦੀਪ ਵਰਗੇ ਨੌਜਵਾਨ ਗਰੀਬ ਪਰਿਵਾਰਾਂ 'ਚ ਆਉਂਦੇ ਨੇ, ਰੋਜ਼ੀ ਰੋਟੀ ਲਈ ਸੁਰੱਖਿਆ ਬਲਾਂ 'ਚ ਨੌਕਰੀ ਲਈ ਸਖ਼ਤ ਮਿਹਨਤ ਕਰਦੇ ਨੇ, ਚੰਗੇ ਦੇਖ ਰੇਖ ਅਤੇ ਸਾਜੋ ਸਮਾਨ ਦੀ ਘਾਟ ਕਾਰਨ ਇਸ ਤਰ੍ਹਾਂ ਦੇ ਹਾਦਸਿਆਂ ਦਾ ਇਹ ਸ਼ਿਕਾਰ ਹੋ ਜਾਂਦੇ ਨੇ। ਸਰਕਾਰ ਨੂੰ ਚਾਹੀਦਾ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪਿੰਡ ਪੱਧਰ 'ਤੇ ਖੇਡ ਕੋਚਾਂ ਅਤੇ ਸਾਜੋ ਸਮਾਨ ਦਾ ਪ੍ਰਬੰਧ ਕਰੇ। ਬਰਨਾਲਾ ਤੋਂ ਪੁਨੀਤ ਮਾਨ ਦੀ ਰਿਪੋਰਟ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।